ਅਸਲਾਮ ਵਾਲੇਕੁਮ, ਕੀ ਹਾਲ ਹੈ? ਠੀਕ ਹੋ? ਮੈਂ ਤੁਹਾਡੇ ਸਾਹਮਣੇ ਪਹਿਲਾਂ ਮਕਈ ਦੀਆਂ ਪਹਿਲਾਂ ਹੀ ਵੀਡੀਓ ਸ਼ੇਅਰ ਕੀਤੀਆਂ। ਜ਼ਹਿਰ ਪਾਈ ਜਾ ਰਹੀ ਹੈ, ਤੁਹਾਨੂੰ ਪਤਾ ਜ਼ਹਿਰ ਕਦਲੀ ਪਾਈ ਜਾਂਦੀ ਹੈ। ਠੀਕ ਹੈ, ਮਕਈ ਨੂੰ ਜਦੋਂ ਕੋਈ ਵੀ ਬਿਮਾਰੀ ਲੱਗਦੀ ਹੈ, ਖਾਸ ਤੌਰ 'ਤੇ ਜਦੋਂ ਕੀੜੀ ਪੈ ਜਾਂਦੀ ਹੈ, ਕੀੜੀ ਤੋਂ ਬਚਾਓ ਵਾਸਤੇ ਦਵਾਈ ਪਾਈ ਜਾਂਦੀ ਹੈ, ਜ਼ਹਿਰ ਜਿਹਨੂੰ ਕਹਿੰਦੇ ਆ। ਇਹ ਕੁੰਬਲੀ ਦੇ ਅੰਦਰ ਪਾਈਆਂ ਜਾਂਦੀਆਂ, ਜਿਹੜੀ ਕੁੰਬਲੀ ਬਣੀ ਹੁੰਦੀ ਉੱਪਰ, ਟੋਪੀ ਬਣੀ ਹੁੰਦੀ ਹੈ ਇਸਦੀ, ਇਸ ਦੇ ਅੰਦਰ ਜ਼ਹਿਰ ਪਾਈ ਜਾਂਦੀ ਹੈ। ਇਹ ਪਹਿਲੀ ਦਫਾ ਪਾ ਰਹੇ ਨੇ, ਇਸ ਤੋਂ ਬਾਅਦ ਫਿਰ ਮਹੀਨਾ ਠਹਿਰ ਕੇ, ਡੇਢ ਮਹੀਨਾ ਠਹਿਰ ਕੇ, ਯਾਨੀ ਕਿ ਕਿਤੋਂ ਦੁਬਾਰਾ ਜ਼ਰੂਰਤ ਹੋਏਗੀ ਫਿਰ ਦੁਬਾਰਾ ਪਾਉਣਗੇ। ਇਹ ਤੁਹਾਡੇ ਸਾਹਮਣੇ ਸਾਰੀ ਲੇਬਰ ਲੱਗੀ ਪਈ ਹੈ। ਠੀਕ ਹੈ, ਇਹ ਜ਼ਰੂਰੀ ਨਹੀਂ ਹੈ ਵੀ ਇਤਨੀ ਬੜੀ ਹੋਏਗੀ ਤਾਂ ਫਿਰ ਹੀ ਤੁਸੀਂ ਦਵਾਈ ਪਾਣੀ। ਅਗਰ ਤੁਹਾਨੂੰ ਲੱਗਿਆ ਵੀ ਬਿਮਾਰੀਆਂ ਦਾ ਅਟੈਕ ਹੋ ਰਿਹਾ, ਕੀੜੀ ਪੈ ਗਈ ਹੈ, ਤਾਂ ਤੁਸੀਂ ਛੋਟੀ ਛੋਟੀ ਗਿੜ ਜਿੰਨੀ ਹੋਵੇ ਉਦੋਂ ਵੀ ਦਵਾਈ ਪਾ ਸਕਦੇ ਹੋ, ਇਹ 'ਚ ਕੋਈ ਇਸ਼ੂ ਨਹੀਂ ਹੁੰਦਾ। ਲੇਕਿਨ ਪਾਣੀ ਜ਼ਰੂਰੀ ਹੁੰਦੀ ਹੈ, ਕਿਉਂਕਿ ਇਸ ਜਦੋਂ ਤੁਸੀਂ ਜ਼ਹਿਰ ਪਾਉਂਦੇ ਹੋ, ਦਵਾਈ ਪਾਉਂਦੇ ਹੋ, ਅਤੇ ਬਹੁਤ ਹੱਦ ਤੱਕ ਨਹੀਂ ਕੰਪਲੀਟਲੀ ਤੌਰ ਪਰ ਇਹਨਾਂ ਜਿਹੜੀਆਂ ਵੀ ਹੁੰਦੀਆਂ ਬਿਮਾਰੀਆਂ ਤੋਂ ਬਿਮਾਰੀਆਂ ਖਤਮ ਹੋ ਜਾਂਦੀਆਂ ਮਕਈ ਦੀਆਂ, ਜਿਹੜੀਆਂ ਇਹਦੇ ਅੰਦਰ ਹੁੰਦੀਆਂ ਨੇ। ਸਭ ਤੋਂ ਜ਼ਿਆਦਾ ਜਿਹੜੀ ਬਿਮਾਰੀ ਇਹਦੇ ਅੰਦਰ ਹੁੰਦੀ ਹੈ, ਕੀੜੀ ਦੀ ਹੁੰਦੀ ਹੈ, ਜਿਹੜੀ ਇਹਨੂੰ ਕੀੜੀ ਪੈ ਜਾਂਦੀ ਹੈ। ਠੀਕ ਹੈ, ਅਤੇ ਕੀੜੀ ਨੂੰ ਮਾਰਨ ਵਾਸਤੇ ਜ਼ਹਿਰ ਪਾਈ ਜਾਂਦੀ ਹੈ, ਅਤੇ ਪਾਈ ਵਿਆਸ ਦੇ ਅੰਦਰ ਕੁੰਬਲੀ ਦੇ ਅੰਦਰ ਜਾਂਦੀ ਹੈ, ਤਾਂ ਛੱਟਾ ਨਹੀਂ ਦਿੱਤਾ ਜਾਂਦਾ, ਬਲਕਿ ਕੁੰਬਲੀ ਦੇ ਅੰਦਰ ਪਾਈ ਜਾਂਦੀ ਹੈ ਤਾਂ ਕਿ ਅੱਛੀ ਤਰ੍ਹਾਂ ਅਸਰ ਕਰੇ। ਫਿਰ ਜਿਹੜਾ ਇਸ ਦੇ ਅੰਦਰ ਮੱਛਰ ਵਗੈਰਾ ਹੁੰਦਾ ਮਕਈਆਂ ਦੇ ਅੰਦਰ, ਉਹ ਵੀ ਇਸ ਨਾਲ ਖਤਮ ਹੋ ਜਾਂਦਾ ਹੈ। ਇਸ ਪਹਿਲਾਂ ਵੀਡੀਓ ਮੈਂ ਸ਼ੇਅਰ ਕੀਤੀ ਸੀ, ਉਹ ਤਾਂ ਕਾਫੀ ਯਾਨੀ ਕਿ ਮਕਈ ਬੜੀ ਹੋ ਚੁੱਕੀ ਸੀ, ਉਹਨੂੰ ਤਾਂ ਪਹਿਲਾਂ ਜ਼ਹਿਰ ਪੈ ਚੁੱਕੀ ਹੈ, ਉਸ ਨੂੰ ਦੂਸਰੀ ਦਫਾ ਪਾਣੀ ਹੈ ਜ਼ਹਿਰ। ਲੇਕਿਨ ਇਸ ਨੂੰ ਪਹਿਲੀ ਦਫਾ ਪੈ ਰਹੀ ਹੈ, ਛੋਟੀ ਮਕਈ ਹੈ, ਪਛੇਤੀ ਹੈ, ਇਸ ਨੂੰ ਪਹਿਲੀ ਦਫਾ ਪਾ ਰਹੇ ਨੇ। ਫਿਰ ਜਿਵੇਂ ਹੀ ਦੁਬਾਰਾ ਜ਼ਰੂਰਤ ਮਹਿਸੂਸ ਹੋਏਗੀ, 20 ਦਿਨਾਂ ਨੂੰ, ਮਹੀਨੇ ਨੂੰ, ਡੇਢ ਨੂੰ, ਫਿਰ ਦੁਬਾਰਾ ਪਾਵਾਂਗੇ।